ਸਟੂਡੈਂਟਸ ਵੈਲਕਮ। ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੋਪਿਕ ਹੈ ਅਨੁਵਾਦ ਦੀ ਲੋੜ ਅਤੇ ਮਹੱਤਤਾ ਕੀ ਹੈ। ਮੀਨਜ਼ ਜਿਵੇਂ ਅਸੀਂ ਕਹਿੰਦੇ ਕਿ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਕੇ ਅਨੁਵਾਦ ਕਰਕੇ ਜਿਹੜੀਆਂ ਕਿਤਾਬਾਂ ਨੇ ਉਹ ਛਪਣੀਆਂ ਜ਼ਰੂਰੀ ਨੇ ਅਤੇ ਲੋਕਾਂ ਤੱਕ ਪਹੁੰਚਣੀਆਂ ਜ਼ਰੂਰੀ ਨੇ, ਤਾਂ ਇਹਦੀ ਲੋੜ ਅਤੇ ਮਹੱਤਵ ਕੀ ਹੈ। ਅਜੋਕੇ ਟਾਈਮ ਦੇ ਵਿੱਚ ਜਿਹੜਾ ਇੱਕ ਪੂਰਾ ਵਰਲਡ ਹੈ ਉਹ ਇੱਕ ਸੁੰਗੜਿਆ ਹੋਇਆ ਪਿੰਡ ਬਣ ਗਿਆ। ਸੁੰਗੜਿਆ ਹੋਇਆ ਪਿੰਡ ਬਣਨ ਦਾ ਮਤਲਬ, ਕਿਉਂਕਿ ਅਸੀਂ ਇੱਕ ਦੂਸਰੇ ਦੇ ਨਾਲ ਕਨੈਕਟ ਹੋ ਚੁੱਕੇ ਹਾਂ, ਇਸ ਕਰਕੇ ਸਾਰਾ ਜਿਹੜਾ ਵਰਲਡ ਆ ਸਾਨੂੰ ਛੋਟਾ ਜਿਹਾ ਲੱਗਦਾ। ਹੁਣ ਅਸੀਂ ਇੱਥੇ ਬੈਠੇ ਫੋਰਨ ਕੰਟਰੀ ਬਾਰੇ ਕੁਛ ਵੀ ਜਾਣਕਾਰੀ ਲੈਣੀ ਹੈ ਕਿ ਉੱਥੇ ਰਹਿਣ ਸਹਿਣ ਕਿਵੇਂ ਦਾ, ਉਹਨਾਂ ਦਾ ਕਲਚਰ ਕਿਹੋ ਜਿਹਾ, ਕੰਮ ਧੰਦੇ ਕੀ ਨੇ, ਤਾਂ ਅਸੀਂ ਗੂਗਲ 'ਤੇ ਸਰਚ ਕਰਦੇ ਹਾਂ ਅਤੇ ਸਾਨੂੰ ਫਟਾਫਟ ਮਿਲ ਜਾਏਗਾ। ਅਸੀਂ ਕੋਈ ਦੂਰ ਦੁਰੇਡੇ ਬੈਠੇ ਰਿਸ਼ਤੇਦਾਰ ਨਾਲ ਗੱਲ ਕਰਨੀ ਹੈ ਤਾਂ ਉਹ ਵੀ ਪੋਸੀਬਲ ਹੈ, ਸਾਰਾ ਕੁਛ ਸੰਭਵ ਹੋ ਸਕਿਆ। ਇਸ ਕਰਕੇ ਹੁਣ ਦਾ ਜਿਹੜਾ ਪੂਰਾ ਵਰਲਡ ਹੈ ਉਹ ਕੀ ਹੋ ਗਿਆ, ਇੱਕ ਸੁੰਗੜਿਆ ਹੋਇਆ ਪਿੰਡ ਬਣ ਗਿਆ। ਜਿਵੇਂ ਅਸੀਂ ਕਹਿੰਦੇ ਵੀ ਛੋਟਾ ਜਿਹਾ ਪਿੰਡ ਦੇ ਰੂਪ ਦੇ ਵਿੱਚ ਇਹ ਬਣ ਚੁੱਕਿਆ। ਸੰਸਾਰ ਦੇ ਇੱਕ ਕੋਨੇ ਵਿੱਚ ਵਾਪਰੀ ਇੱਕ ਘਟਨਾ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰਦੀ ਹੈ, ਕਿਉਂਕਿ ਜੇਕਰ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਨਿਊਜ਼ ਚੈਨਲ ਦੇ ਜ਼ਰੀਏ, ਗੂਗਲ ਦੇ ਜ਼ਰੀਏ ਜਾਂ ਹੋਰ ਬਹੁਤ ਸਾਰੇ ਅਸੀਂ ਇਸ ਤਰ੍ਹਾਂ ਦੇ ਪਲੇਟਫਾਰਮ ਯੂਜ਼ ਕਰਦੇ ਹਾਂ ਕਿ ਸਾਡੇ ਕੋਲ ਉਹ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ, ਅਤੇ ਇਹਦਾ ਜਿਹੜਾ ਪ੍ਰਭਾਵ ਹੈ ਉਹ ਭਾਸ਼ਾਵਾਂ ਦੇ ਉੱਪਰ ਵੀ ਸਪਸ਼ਟ ਦਿਖਾਈ ਦਿੰਦਾ ਹੈ। ਅਤੇ ਅਜੋਕੇ ਟਾਈਮ ਦੇ ਵਿੱਚ ਅਨੁਵਾਦ 'ਤੇ ਜਿਹੜੀ ਲੋੜ ਦੀ ਮਹੱਤਤਾ ਹੈ ਉਹਦੇ ਲਈ ਪਹਿਲਾਂ ਕੀ ਹੈ ਕਿ ਸੂਚਨਾ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ, ਹੁਣ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੀ ਸੂਚਨਾ ਹੁੰਦੀ ਹੈ ਅਤੇ ਵਿਚਾਰ ਹੁੰਦੇ ਨੇ, ਉਹਨਾਂ ਨੂੰ ਆਦਾਨ ਪ੍ਰਦਾਨ ਕਰਨ ਦੇ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਅਨੁਵਾਦ ਦੀ। ਅਨੁਵਾਦ ਮੁੱਖ ਰੂਪ ਦੇ ਵਿੱਚ ਸੂਚਨਾ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਲਈ ਲੋੜੀਂਦਾ ਹੈ, ਜਦੋਂ ਕਿ ਵਿਅਕਤੀ ਜਿਨ੍ਹਾਂ ਦੀ ਭਾਸ਼ਾ ਵੱਖਰੀ ਵੱਖਰੀ ਹੈ ਆਪਸ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਚਾਹੁੰਦੇ ਨੇ ਅਤੇ ਦੋਹਾਂ ਨੂੰ ਇੱਕ ਦੂਸਰੇ ਦੀ ਭਾਸ਼ਾ ਨਹੀਂ ਆਉਂਦੀ, ਤਾਂ ਜਿਹੜਾ ਭਾਸ਼ਾਈ ਸੰਚਾਰ ਉਹ ਸੰਭਵ ਨਹੀਂ ਹੋ ਸਕੇਗਾ, ਕਿਉਂਕਿ ਜਿਹੜੇ ਦੋ ਵਿਅਕਤੀ ਨੇ ਆਪਸ ਦੇ ਵਿੱਚ ਗੱਲਬਾਤ ਕਰਨੀ ਹੈ ਉਹ ਆਪਣੇ ਵਿਚਾਰ ਤਾਂ ਹੀ ਇੱਕ ਦੂਸਰੇ ਨਾਲ ਸਾਂਝੇ ਕਰ ਸਕਣਗੇ, ਤਾਂ ਹੀ ਉਹ ਸੂਚਨਾ ਦੇ ਸਕਣਗੇ ਜੇਕਰ ਉਹ ਇੱਕ ਦੂਸਰੇ ਦੀ ਭਾਸ਼ਾ ਨੂੰ ਸਮਝਦੇ ਹੋਣਗੇ। ਅਤੇ ਜੇਕਰ ਦੋਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਦੂਸਰੀ ਭਾਸ਼ਾ ਆਉਂਦੀ ਹੋਵੇ ਤਾਂ ਹੀ ਉਹ ਉਸ ਭਾਸ਼ਾ ਦਾ ਅਨੁਵਾਦ ਕਰਕੇ ਭਾਸ਼ਾ ਦੇ ਵਿੱਚ ਕਹੀ ਗਈ ਗੱਲ ਨੂੰ ਸਮਝ ਸਕਦਾ। ਮੀਨਜ਼ ਜੇ ਦੋਹਾਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਵੀ ਦੋਨੋਂ ਭਾਸ਼ਾਵਾਂ ਆਉਂਦੀਆਂ ਨੇ ਤਾਂ ਵੀ ਉਹ ਥੋੜ੍ਹਾ ਵਧੀਆ ਤਰੀਕੇ ਦਾ ਕਮਿਊਨੀਕੇਟ ਕਰ ਸਕਦੇ ਨੇ, ਆਪਸ ਦੇ ਵਿੱਚ ਸੰਚਾਰ ਕਰ ਸਕਦੇ ਨੇ। ਇਸ ਤੋਂ ਬਿਨਾਂ ਜੇਕਰ ਦੋਹਾਂ ਨੂੰ ਕੋਈ ਤੀਜੀ ਭਾਸ਼ਾ ਭਾਵ ਜਿਹੜੀ ਅੰਤਰਰਾਸ਼ਟਰੀ ਭਾਸ਼ਾ, ਕਿਉਂਕਿ ਉਹ ਪੂਰੇ ਵਰਲਡ ਦੇ ਵਿੱਚ ਬੋਲੀ ਜਾਂਦੀ ਹੈ, ਉਹ ਆਉਂਦੀ ਹੋਵੇ ਤਾਂ ਉਹ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਨੇ। ਮੀਨਜ਼ ਇਹ ਸ਼ਰਤ ਹੈ ਇੱਕ ਕਿ ਜੇਕਰ ਅਸੀਂ ਸੂਚਨਾ ਅਤੇ ਕੋਈ ਸਾਡੇ ਵਿਚਾਰ ਨਹੀਂ ਸੀ ਉਹਨਾਂ ਨੂੰ ਦੂਸਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਆਦਾਨ ਪ੍ਰਦਾਨ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਜਿਹੜੀ ਭਾਸ਼ਾ ਉੱਤੇ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ। ਅਤੇ ਇਸ ਪ੍ਰਕਾਰ ਅਜੋਕੇ ਬਹੁ ਭਾਸ਼ੀ ਅਤੇ ਬਹੁ ਸੱਭਿਆਚਾਰਕ ਸਮਾਜ ਵਿੱਚ ਸੂਚਨਾ ਅਤੇ ਵਿਚਾਰ ਵਟਾਂਦਰਾ ਜਿਹੜਾ ਉਹ ਅਨੁਵਾਦ ਰਾਹੀਂ ਕੀਤਾ ਜਾ ਸਕਦਾ। ਹੁਣ ਕਈ ਵਾਰ ਤੁਸੀਂ ਦੇਖਿਆ ਹੋ ਕਿ ਦੋ ਜਿਹੜੇ ਵਿਅਕਤੀ ਨੂੰ ਆਪਸ ਦੇ ਵਿੱਚ ਗੱਲਬਾਤ ਕਰਨ ਵਾਲੇ ਹੁੰਦੇ ਨੇ, ਪਰ ਇੱਕ ਤੀਸਰਾ ਵਿਅਕਤੀ ਉਹਨਾਂ ਦੇ ਨਾਲ ਟ੍ਰਾਂਸਲੇਟਰ ਬੈਠਾ ਹੁੰਦਾ, ਜਿਹੜਾ ਕਿ ਜਦੋਂ ਦੋਨਾਂ ਦੀ ਆਪਸ ਦੇ ਜਿਹੜੀ ਗੱਲ ਆ ਜਦੋਂ ਨਹੀਂ ਸਮਝ ਸਕਦੇ ਤਾਂ ਉਹ ਉਹਨਾਂ ਨੂੰ ਸਮਝਾਉਂਦਾ ਹੈ, ਟ੍ਰਾਂਸਲੇਟ ਕਰਕੇ ਦੱਸਦਾ, ਫਿਰ ਉਹਦੇ ਅਕੋਰਡਿੰਗ ਜਿਹੜਾ ਵਿਅਕਤੀ ਆ ਫਿਰ ਰਿਪਲਾਈ ਕਰਦਾ ਹੈ। ਨੈਕਸਟ ਹੈ ਵਿਸ਼ਵੀਕਰਨ ਦੇ ਸੰਦਰਭ ਦੇ ਵਿੱਚ। ਵਿਸ਼ਵੀਕਰਨ ਦਾ ਭਾਵ ਹੁੰਦਾ ਹੈ ਗਲੋਬਲਾਈਜੇਸ਼ਨ, ਮੀਨਸ ਪੂਰਾ ਜਿਹੜਾ ਵਰਲਡ ਹੈ ਉਹਦੀ ਹੁਣ ਜਿਹੜੀ ਗਲੋਬਲਾਈਜੇਸ਼ਨ ਆ ਉਹ ਹੋ ਚੁੱਕੀ ਹੈ। ਇਹਦੇ ਸੰਦਰਭ ਵਿੱਚ ਵੀ ਜਿਹੜਾ ਅਨੁਵਾਦ ਉਹਦਾ ਬਹੁਤ ਮਹੱਤਵ ਹੈ। ਗਲੋਬਲਾਈਜੇਸ਼ਨ ਨੇ ਜਿਹੜੀਆਂ ਰਾਜਨੀਤਿਕ ਹੱਦਾਂ ਨੇ ਉਹਨਾਂ ਨੂੰ ਸਮੇਟ ਦਿੱਤਾ ਹੈ। ਹੁਣ ਸਾਨੂੰ ਕਿਸੇ ਕੰਟਰੀ ਦੇ ਵਿੱਚ ਜਾ ਕੇ ਇਨਫੋਰਮੇਸ਼ਨ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੈ, ਜਾਂ
ਕਿਸੇ ਵੀ ਕੰਟਰੀ ਦੇ ਨਾਲ ਜੇਕਰ ਅਸੀਂ ਕੋਈ ਵਪਾਰ ਕਰਨਾ, ਕੋਈ ਦੇਣ ਲੈਣ ਕਰਨਾ, ਕੋਈ ਚੀਜ਼ ਭੇਜਣੀ ਹੈ, ਮੰਗਵਾਉਣੀ ਹੈ, ਤਾਂ ਅਸੀਂ ਮੰਗਵਾ ਸਕਦੇ ਹਾਂ। ਹੁਣ ਇਹਦੇ ਕਾਰਨ ਸੰਸਾਰ ਦੇ ਜਿਹੜੇ ਵੱਖ ਵੱਖ ਕੋਨੇ ਨੇ ਉਹਨਾਂ ਤੋਂ ਲੋਕ ਇੱਕ ਦੂਸਰੇ ਦੇ ਨਾਲ ਵਪਾਰ ਕਰਨ, ਇੱਕ ਦੂਸਰੇ ਨੂੰ ਜਾਣਨ, ਆਪਣੇ ਉਤਪਾਦਾਂ ਦੀ ਮਸ਼ਹੂਰੀ ਕਰਨ ਦੇ ਲਈ ਉੱਥੋਂ ਦੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਅਨੁਵਾਦ ਕਰਨ ਦੇ ਜਿਹੜੀ ਲਗਾਤਾਰ ਕੋਸ਼ਿਸ਼ਾਂ ਨੇ ਉਹ ਕਰ ਰਹੇ ਨੇ, ਤਾਂ ਜੋ ਆਪਣੇ ਜਿਹੜੇ ਉਦੇਸ਼ ਨੇ ਉਹ ਦੂਸਰੇ ਲੋਕਾਂ, ਜਿਹੜੇ ਦੂਸਰੇ ਦੇਸ਼ ਦੇ ਲੋਕ ਨੇ ਉਹਨਾਂ ਦੇ ਤੱਕ ਉਹ ਪਹੁੰਚਾ ਸਕਣ। ਮੀਨਸ ਗਲੋਬਲਾਈਜੇਸ਼ਨ ਜਿਹੜਾ ਹੋ ਚੁੱਕਿਆ ਉਹਦੇ ਲਈ ਵੀ ਜ਼ਰੂਰੀ ਹੈ ਕਿ ਅਨੁਵਾਦ ਕਰਨਾ ਆਉਂਦਾ ਹੋਣਾ ਜ਼ਰੂਰੀ ਹੈ, ਜਾਂ ਇਹ ਕਹਿ ਲਓ ਵੀ ਅਨੁਵਾਦ ਦੀ ਮਹੱਤਤਾ ਹੈ। ਅੱਗੇ ਹੈ ਅੰਤਰ ਸੱਭਿਆਚਾਰਕ ਅਤੇ ਅੰਤਰ ਭਾਸ਼ਾਈ ਵਟਾਂਦਰੇ ਲਈ। ਅੰਤਰ ਸੱਭਿਆਚਾਰ ਮੀਨਸ ਦੋ ਜਾਂ ਦੋ ਤੋਂ ਵੱਧ ਸੱਭਿਆਚਾਰਾਂ ਦੇ ਵਿਚਕਾਰ। ਫਿਰ ਅੰਤਰ ਭਾਸ਼ਾਈ ਦਾ ਮਤਲਬ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਦੇ ਲਈ ਜੇਕਰ ਅਸੀਂ ਵਟਾਂਦਰਾ ਕਰਨਾ, ਭਾਵੇਂ ਸੱਭਿਆਚਾਰ ਦਾ ਕਰਨਾ, ਭਾਵੇਂ ਭਾਸ਼ਾ ਦਾ ਕਰਨਾ, ਉਹਦੇ ਲਈ ਵੀ ਜਿਹੜਾ ਅਨੁਵਾਦ ਹੈ ਉਹ ਜ਼ਰੂਰੀ ਹੈ। ਸੰਚਾਰ ਦੇ ਸਾਧਨਾਂ ਜਿਵੇਂ ਕਿ ਟੈਲੀਫੋਨ, ਟੈਲੀਵਿਜ਼ਨ, ਸਿਨੇਮਾ, ਵਟਸਐਪ, ਸਕਾਈਪ, ਸਨੈਪਚੈਟ, ਇੰਸਟਾਗ੍ਰਾਮ ਆਦਿ ਦੇ ਪ੍ਰਸਾਰ ਕਾਰਨ ਸੰਸਾਰ ਦੇ ਜਿਹੜੇ ਲੋਕ ਨੇ ਉਹ ਦੂਸਰੇ ਦੇਸ਼ਾਂ ਦੇ ਲੋਕਾਂ ਦੇ ਸੱਭਿਆਚਾਰ ਨੂੰ ਜਾਣਨ ਲਈ ਵੀ ਉਤਸੁਕਤਾ ਅਨੁਭਵ ਕਰਦੇ ਨੇ। ਮੀਨਸ ਸਾਡੇ ਕੋਲ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਆਪਣਾ ਸੱਭਿਆਚਾਰ ਅਤੇ ਜਿਹੜੀ ਆਪਣੀ ਭਾਸ਼ਾ ਉਹਦੇ ਨਾਲ ਜਾਂ ਅਸੀਂ ਉਹਦਾ ਵਟਾਂਦਰਾ ਕਰ ਸਕਦੇ ਹਾਂ। ਦੂਸਰੀਆਂ ਭਾਸ਼ਾਵਾਂ ਨੂੰ ਜਾਣਨ ਦੀ ਜਿਗਿਆਸਾ ਵੀ ਅਨੁਵਾਦ ਨੂੰ ਜਨਮ ਦਿੰਦੀ ਹੈ ਕਿ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਜੋ ਕੁਛ ਲਿਖਿਆ ਗਿਆ ਇਹਦਾ ਅਰਥ ਕੀ ਹੈ। ਹੁਣ ਮੰਨ ਲਓ ਤੁਸੀਂ ਕੋਈ ਫੇਸਬੁੱਕ, ਟਵਿੱਟਰ ਜਾਂ ਵਟਸਐਪ 'ਤੇ ਤੁਹਾਨੂੰ ਮੈਸੇਜ ਆਇਆ ਉਸ ਲੈਂਗੁਏਜ ਜਿਹਨੂੰ ਤੁਸੀਂ ਨਹੀਂ ਜਾਣਦੇ, ਸਪੋਜ਼ ਕਰੋ ਗੁੱਡ ਮਾਰਨਿੰਗ ਮੈਸੇਜ ਹੀ ਹੈ, ਤਾਂ ਤੁਹਾਨੂੰ ਇੰਨੀ ਕਿਉਰਿਓਸਿਟੀ ਹੋਏਗੀ ਕਿ ਇਹਦੇ ਵਿੱਚ ਕੀ ਲਿਖਿਆ। ਸੇਮ ਇਹੀ ਚੀਜ਼ ਹੈ। ਇਸ ਪ੍ਰਕਾਰ ਅੰਤਰ ਸੱਭਿਆਚਾਰ ਜਿਹੜਾ ਵਟਾਂਦਰਾ ਹੈ ਉਹਦੇ ਲਈ ਵੀ ਅਨੁਵਾਦ ਜ਼ਰੂਰੀ ਹੈ। ਅਸੀਂ ਕਿਸੇ ਦੇਸ਼ ਦੇ ਸੱਭਿਆਚਾਰ ਬਾਰੇ ਤਾਂ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੇਕਰ ਸਾਨੂੰ ਉੱਥੋਂ ਦੀ ਜਿਹੜੀ ਭਾਸ਼ਾ ਹੈ ਉਹ ਆਉਂਦੀ ਹੋਏਗੀ, ਅਤੇ ਫਿਰ ਅਸੀਂ ਉਹਦੇ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਹੈ ਉਹ ਵੀ ਪੜ੍ਹ ਸਕਦੇ ਹਾਂ। ਅੱਗੇ ਵਪਾਰਕ ਪ੍ਰਸਾਰ ਦੇ ਲਈ ਉੱਭਰਦੀਆਂ ਨਵੀਨ ਵਿਸ਼ਵ ਪੱਧਰੀ ਮੰਡੀਆਂ ਦੇ ਲਈ। ਅਜੋਕੇ ਯੁੱਗ ਦੇ ਵਿੱਚ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਦੇ ਵਪਾਰੀ ਨੇ ਜਿਹੜੇ ਉਹ ਆਪਣੇ ਵਪਾਰ ਦੇ ਲਈ ਕੱਚਾ ਮਾਲ ਮੰਗਵਾਉਂਦੇ ਨੇ ਜਾਂ ਇੱਕ ਲਈ ਵੀ ਭੇਜਦੇ ਨੇ, ਅਤੇ ਤਿਆਰ ਕੀਤੇ ਗਏ ਉਤਪਾਦ ਨੂੰ ਮੀਨਸ ਜਿਹੜਾ ਫਿਰ ਉਹਨਾਂ ਦਾ ਉਤਪਾਦਨ ਹੁੰਦਾ ਉਹਨੂੰ ਵਰਲਡ ਲੈਵਲ 'ਤੇ ਵੇਚਣ ਦੇ ਵਾਸਤੇ ਜਿਹੜੀਆਂ ਨਵੀਆਂ ਮੰਡੀਆਂ ਨੇ ਉਹਨਾਂ ਦੀ ਭਾਲ ਵਿੱਚ ਰਹਿੰਦੇ ਨੇ ਕਿ ਕਿੱਥੇ ਜਿਹੜਾ ਸਾਡਾ ਮਾਲ ਹੈ ਉਹ ਵਧੀਆ ਤਰੀਕੇ ਦੇ ਨਾਲ ਵਿਕ ਸਕਦਾ, ਕਿੱਥੇ ਇਹਦੀ ਮੰਗ ਹੈ, ਡਿਮਾਂਡ ਹੈ। ਕੋਈ ਵੀ ਜਿਹੜਾ ਵਪਾਰੀ ਹੈ ਜੇਕਰ ਆਪਣੇ ਉਤਪਾਦ ਕਿਸੇ ਦੂਸਰੇ ਦੇਸ਼ ਦੇ ਵਿੱਚ ਵੇਚਣਾ ਚਾਹੁੰਦਾ ਹੈ ਤਾਂ ਉਹਨੂੰ ਆਪਣੇ ਜਿਹੜੇ ਉਹਦੇ ਪ੍ਰੋਡਕਟਸ ਨੇ, ਉਹਦੇ ਉਤਪਾਦ ਨੇ, ਉਹਦਾ ਵਿਗਿਆਪਨ ਉੱਥੋਂ ਦੇ ਖਪਤਕਾਰ ਦੀ ਭਾਸ਼ਾ ਦੇ ਵਿੱਚ ਬਣਾਉਣਾ ਪੈਂਦਾ ਹੈ। ਮੀਨਸ ਜੇਕਰ ਉਹਨਾਂ ਨੂੰ ਉਰਦੂ ਆਉਂਦਾ ਹੈ ਤਾਂ ਉਰਦੂ ਦੇ ਵਿੱਚ ਬਣਾਏਗਾ, ਅਰਬੀ ਆਉਂਦੀ ਹੈ ਅਰਬੀ ਦੇ ਵਿੱਚ, ਫਾਰਸੀ ਹੈ ਤਾਂ ਫਾਰਸੀ ਦੇ ਵਿੱਚ, ਕੋਈ ਰੂਸੀ ਭਾਸ਼ਾ ਹੈ ਲੈਟਿਨ ਭਾਸ਼ਾ, ਤਾਂ ਉੱਥੋਂ ਦੇ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਜਿਹੜਾ ਉਹਨੇ ਆਪਣਾ ਵਿਗਿਆਪਨ ਹੈ, ਐਡਵਰਟਾਈਜ਼ਮੈਂਟ ਹੈ ਉਹਨੂੰ ਬਣਾਉਣੀ ਪੈਂਦੀ ਹੈ, ਤਾਂ ਕਿ ਜਿਹੜੇ ਖਪਤਕਾਰ ਨੇ ਮੀਨਸ ਜਿਨ੍ਹਾਂ ਨੇ ਚੀਜ਼ਾਂ ਨੂੰ ਖਰੀਦਣਾ ਉਹਨਾਂ ਨੂੰ ਉਸ ਉਤਪਾਦ ਦੇ ਵੱਲ ਆਕਰਸ਼ਿਤ ਕੀਤਾ ਜਾ ਸਕੇ, ਅਤੇ ਜਿਹੜੀ ਉਹਦੇ ਬਾਰੇ ਜਾਣਕਾਰੀ ਹੈ ਉਹ ਵੀ ਉਹਨਾਂ ਨੂੰ ਦਿੱਤੀ ਜਾ ਸਕੇ ਕਿ ਜਿਹੜਾ ਪ੍ਰੋਡਕਟ ਹੈ ਕਿਸ ਪਰਪਜ਼ ਦੇ ਲਈ ਤਿਆਰ ਕੀਤਾ ਗਿਆ, ਇਹਦੇ ਕਿਹੜੇ ਕਿਹੜੇ ਬੈਨੀਫਿਟਸ ਨੇ। ਇਸ ਪ੍ਰਕਾਰ ਵਪਾਰਕ ਪ੍ਰਸਾਰ ਦੇ ਲਈ ਵੀ ਅਨੁਵਾਦ ਦੀ ਜਿਹੜੀ ਲੋੜ ਆ ਉਹ ਮਹਿਸੂਸ ਕੀਤੀ ਜਾਂਦੀ ਹੈ। ਅੱਗੇ ਹੈ ਸੈਰ ਸਪਾਟੇ ਦੇ ਪਸਾਰੇ ਦੇ ਲਈ। ਸੈਰ ਸਪਾਟਾ ਕਿਸੇ ਵੀ ਦੇਸ਼ ਦੀ ਜਿਹੜੀ ਆਰਥਿਕਤਾ ਹੈ ਜਾਂ ਇਹ ਕਹਿ ਲਓ ਵੀ ਉਹਦੀ ਅਰਥ ਵਿਵਸਥਾ ਹੈ ਉਹਦੇ ਵਿੱਚ ਵਿਦੇਸ਼ੀ ਮੁਦਰਾ ਦਾ ਪਸਾਰ ਕਰਨ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਜਿਵੇਂ ਕਿ ਤੁਸੀਂ ਕਈ ਵਾਰ ਸੁਣਿਆ ਹੋਏਗਾ, ਮੋਸਟਲੀ ਸੁਣ ਹੀ ਰਹੇ ਹੋ, ਅੱਜ ਕੱਲ੍ਹ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ, ਟੂਰਿਸਟ ਵੀਜ਼ਾ। ਹੁਣ ਟੂਰਿਸਟ ਵੀਜ਼ੇ ਦਾ ਮਤਲਬ ਕੀ ਹੁੰਦਾ ਕਿ ਅਸੀਂ ਕਿਸੇ ਵੀ ਕੰਟਰੀ ਦਾ
ਟੂਰ ਕੱਢਣ ਦੇ ਲਈ 2 ਮਹੀਨੇ ਦਾ ਵੀ ਹੋ ਸਕਦਾ, ਤੁਸੀਂ ਆਪਣੇ ਅਕੋਰਡਿੰਗ ਲੈਣਾ ਹੁੰਦਾ, ਕੋਈ 15 ਦਿਨ ਦਾ 20 ਦਿਨ ਦਾ, ਤਾਂ ਉੱਥੇ ਸਾਰਾ ਜਿਹੜਾ ਪ੍ਰੋਸੈਸ ਸਾਨੂੰ ਪਹਿਲਾਂ ਪੂਰਾ ਕਰਨਾ ਪੈਂਦਾ, ਫਿਰ ਸਾਨੂੰ ਜਿਹੜਾ ਟੂਰਿਸਟ ਵੀਜ਼ਾ ਉਹ ਮਿਲਦਾ। ਅਤੇ ਉਹਦੇ ਨਾਲ ਕੀ ਹੁੰਦਾ, ਜਿਹੜੀ ਵਿਦੇਸ਼ੀ ਮੁਦਰਾ ਉਹਦਾ ਪਸਾਰ ਹੁੰਦਾ। ਜਿਵੇਂ ਕਿ ਜੇਕਰ ਫੋਰਨ ਕੰਟਰੀ ਤੋਂ ਸਾਡੇ ਕੋਈ ਆ ਰਿਹਾ ਤਾਂ ਸਾਨੂੰ ਉਹਨਾਂ ਦੀ ਕਰੰਸੀ ਦਾ ਬੈਨੀਫਿਟ ਹੋਏਗਾ, ਅਤੇ ਜੇਕਰ ਅਸੀਂ ਵਿਦੇਸ਼ ਦੇ ਵਿੱਚ ਜਾ ਰਹੇ ਹਾਂ ਘੁੰਮਣ ਦੇ ਲਈ, ਕੋਈ ਛੁੱਟੀਆਂ ਕੱਟਣ ਦੇ ਲਈ, ਤਾਂ ਉਹਨਾਂ ਨੂੰ ਜਿਹੜੀ ਸਾਡੀ ਮੁਦਰਾ ਵਿਦੇਸ਼ੀ ਮੁਦਰਾ ਉਹਦਾ ਲਾਭ ਹੋਏਗਾ। ਸੈਲਾਨੀਆਂ ਨੂੰ ਆਪਣੇ ਦੇਸ਼ ਵੱਲ ਆਕਰਸ਼ਿਤ ਕਰਨ ਦੇ ਲਈ ਉੱਥੋਂ ਦੀਆਂ ਜਿਹੜੇ ਵੇਖਣਯੋਗ ਥਾਵਾਂ ਨੇ ਉਹਨਾਂ ਬਾਰੇ ਜਾਣਕਾਰੀ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਉਪਲਬਧ ਕਰਵਾਉਣੀ ਲਾਜ਼ਮੀ ਹੋ ਜਾਂਦੀ ਹੈ। ਜਿਵੇਂ ਕਿ ਕੋਈ ਵੀ ਕੰਟਰੀ ਹੈ, ਜਿਵੇਂ ਕਿ ਸਪੋਜ਼ ਕਰੋ ਅਸੀਂ ਗੱਲ ਕਰੀਏ ਸਿੰਗਾਪੁਰ, ਸਵਿਟਜ਼ਰਲੈਂਡ, ਤਾਂ ਦੇਖੋ ਛੋਟੇ ਛੋਟੇ ਕੰਟਰੀ ਨੇ, ਬਹੁਤ ਵਧੀਆ ਨੇ, ਤਾਂ ਅਸੀਂ ਇਹਨਾਂ ਨੂੰ ਔਨਲਾਈਨ ਵੀ ਦੇਖੋ ਕਿਤੋਂ ਲੱਭ ਸਕਦੇ ਹਾਂ। ਹੁਣ ਜਿਹੜੇ ਲੋਕਾਂ ਦੇ ਉੱਥੇ ਕੋਈ ਹੋਟਲ ਵਗੈਰਾ ਨੇ ਜਾਂ ਕੋਈ ਇਹ ਕਹਿ ਲਓ ਵੀ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਲੇ ਨੇ, ਗੌਰਮੈਂਟ ਦੇ ਅੰਡਰ ਆਉਂਦਾ ਇਹ, ਤਾਂ ਉਹ ਦੇਖਣਗੇ ਵੀ ਇੱਥੇ ਸਾਡੇ ਕੋਲ ਇਹ ਪਾਰਕ ਨੇ ਘੁੰਮਣ ਦੇ ਲਈ, ਇਸ ਤਰ੍ਹਾਂ ਦੇ ਹੋਟਲਸ ਵਗੈਰਾ ਅਵੇਲੇਬਲ ਨੇ ਜਾਂ ਇਹ ਚੀਜ਼ਾਂ ਦੇਖਣ ਵਾਲੀਆਂ ਨੇ, ਤਾਂ ਉਹਨਾਂ ਬਾਰੇ ਜਿਹੜੀ ਸਾਰੀ ਜਾਣਕਾਰੀ ਹੈ ਉਹ ਜਿਹੜੇ ਦੇਸ਼ ਦੇ ਲੋਕਾਂ ਨੂੰ ਅਟਰੈਕਟ ਕਰਨਾ ਤਾਂ ਉਹਨਾਂ ਦੇਸ਼ ਦੇ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਕੀਤੀ ਜਾਏਗੀ। ਕਿਸੇ ਸਥਾਨ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਉਲੇਖ ਜੇਕਰ ਸੈਲਾਨੀ ਦੇ ਭਾਸ਼ਾਵਾਂ ਦੇ ਵਿੱਚ ਕੀਤਾ ਜਾਵੇਗਾ ਤਾਂ ਉਹਨੂੰ ਸੈਰ ਸਪਾਟਾ ਇੰਡਸਟਰੀ ਦੇ ਵਿੱਚ ਵਧੀਆ ਜਿਹੜਾ ਆਪਣਾ ਉਹਨੇ ਪਲੈਨ ਕਰਨਾ ਉਹ ਕਰ ਸਕਦਾ। ਅਤੇ ਨਤੀਜੇ ਵਜੋਂ ਜਿਹੜੀ ਦੇਸ਼ ਦੀ ਆਰਥਿਕਤਾ ਉਹਨੂੰ ਵੀ ਪ੍ਰੋਤਸਾਹਨ ਮਿਲਦਾ, ਵਧਾਵਾ ਮਿਲਦਾ ਹੈ। ਨੈਕਸਟ ਹੈ ਬਹੁਰਾਸ਼ਟਰੀ ਕੰਪਨੀਆਂ ਦੇ ਵਾਧੇ ਅਤੇ ਵਿਸਥਾਰ ਦੇ ਲਈ। ਗਲੋਬਲ ਆਰਥਿਕਤਾ ਦੇ ਨਤੀਜੇ ਵਜੋਂ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਨੇ, ਮੀਨਸ ਕਿ ਕਈ ਰਾਸ਼ਟਰਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਇਕੱਠੇ ਮਿਲ ਕੇ ਕੰਮ ਕਰਦੀਆਂ ਨੇ ਜਾਂ ਫਿਰ ਆਪਣੀ ਜਿਹੜੀ ਬ੍ਰਾਂਚ ਆ ਉਹ ਦੂਸਰੇ ਦੇਸ਼ਾਂ ਦੇ ਵਿੱਚ ਖੋਲ੍ਹ ਰਹੀਆਂ ਨੇ। ਅਤੇ ਇਸ ਸੰਦਰਭ ਦੇ ਵਿੱਚ ਅਨੁਵਾਦ ਦੀ ਜਿਹੜੀ ਬਹੁਤ ਜ਼ਿਆਦਾ ਲੋੜ ਮਹਿਸੂਸ ਕੀਤੀ ਜਾਂਦੀ ਹੈ, ਕਿਉਂਕਿ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਜਿਹੜੀ ਇੰਡਸਟਰੀ ਲੱਗੀ ਹੈ ਜਾਂ ਕੰਪਨੀ ਲੱਗੀ ਹੈ ਕਿਸ ਪਰਪਜ਼ ਦੇ ਲੱਗੀ ਹੈ, ਕੀ ਇਹਦੇ ਪ੍ਰੋਡਕਟਸ ਨੇ ਅਤੇ ਉਹਨਾਂ ਨਾਲ ਸਾਡੇ ਲਈ ਕੀ ਬੈਨੀਫਿਟ ਹੈ। ਅਤੇ ਉਤਪਾਦਾਂ ਨੂੰ ਦੂਸਰੇ ਦੇਸ਼ਾਂ ਦੇ ਵਿੱਚ ਵੇਚਣ ਲਈ ਇਹਨਾਂ ਕੰਪਨੀਆਂ ਨੂੰ ਉਸ ਦੇਸ਼ ਦੀਆਂ ਭਾਸ਼ਾਵਾਂ ਦੇ ਵਿੱਚ ਲੇਬਲ ਤਿਆਰ ਕਰਨੇ ਪੈਂਦੇ ਨੇ, ਲੇਬਲ ਜਿਹੜੇ ਕਿ ਉੱਪਰ ਲੱਗਿਆ ਹੁੰਦਾ, ਜਿਵੇਂ ਕਿ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਨੇ, ਇਹ ਸਾਡੇ ਲਈ ਕੀ ਬੈਨੀਫਿਟ ਰੱਖਦੀ ਹੈ, ਤਾਂ ਉਹ ਜਿਹੜੇ ਦੇਸ਼ ਦੇ ਵਿੱਚ ਵੇਚਣੇ ਨੇ ਉਸ ਦੇਸ਼ ਦੀ ਭਾਸ਼ਾ ਦੇ ਵਿੱਚ ਜਿਹੜੇ ਲੇਬਲ ਨੇ ਤਿਆਰ ਕਰਕੇ ਲਗਾਉਣੇ ਪੈਂਦੇ ਨੇ। ਅਤੇ ਜਿਹੜੀਆਂ ਪੈਕਿੰਗ ਦੀਆਂ ਹਦਾਇਤਾਂ ਨੇ ਉਹ ਵੀ ਉਸੇ ਖੇਤਰੀ ਭਾਸ਼ਾ ਦੇ ਵਿੱਚ ਪੇਸ਼ ਕਰਨੀਆਂ ਪੈਂਦੀਆਂ ਨੇ ਤਾਂ ਜੋ ਉਹ ਲੋਕ ਉਹ ਤੋਂ ਬੈਨੀਫਿਟ ਲੈ ਸਕਣ। ਹੁਣ ਜੇਕਰ ਕਿਸੇ ਹੋਰ ਭਾਸ਼ਾ ਦੇ ਵਿੱਚ ਲਿਖਿਆ, ਅਸੀਂ ਕਿਤੇ ਫੋਰਨ ਕੰਟਰੀ ਦੇ ਵਿੱਚ ਗਏ ਹਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਅਸੀਂ ਕਿਹੜੀ ਚੀਜ਼ ਲਈਏ, ਸਾਨੂੰ ਪਤਾ ਤਾਂ ਲੱਗੇਗਾ ਜੇਕਰ ਸਾਨੂੰ ਉੱਥੋਂ ਦੀ ਜਿਹੜੀ ਭਾਸ਼ਾ ਉਹ ਆਉਂਦੀ ਹੋਏਗੀ ਜਾਂ ਕੋਈ ਉੱਥੇ ਟਰਾਂਸਲੇਟਰ ਹੋਏਗਾ। ਇਸ ਪ੍ਰਕਾਰ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਨੇ ਉਹ ਵੀ ਆਪਣੇ ਪਸਾਰੇ ਅਤੇ ਅਨੁਵਾਦ ਦੇ ਪਸਾਰੇ ਅਤੇ ਵਿਸਥਾਰ ਦੇ ਲਈ ਜਿਹੜਾ ਅਨੁਵਾਦ ਹੈ ਉਹਦੀ ਸਹਾਇਤਾ ਲੈਂਦੀਆਂ ਨੇ। ਨੈਕਸਟ ਹੈ ਖਬਰਾਂ ਦੇ ਸਹੀ ਰੂਪ ਵਿੱਚ ਸੰਚਾਰ ਕਰਨ ਦੇ ਲਈ। ਹੁਣ ਜਿਹੜੀਆਂ ਖਬਰਾਂ ਨੇ ਇੱਕ ਦੇਸ਼ ਦੀਆਂ ਦੂਸਰੇ ਦੇਸ਼ਾਂ ਦੇ ਵਿੱਚ ਤਾਂ ਹੀ ਵਧੀਆ ਢੰਗ ਦੇ ਨਾਲ ਸੰਚਾਰਿਤ ਹੋਣਗੀਆਂ ਜੇਕਰ ਅਨੁਵਾਦ ਕਰਨਾ ਆਉਂਦਾ ਹੋਏਗਾ, ਉਹਨਾਂ ਨੂੰ ਪਤਾ ਹੋਏਗਾ, ਇੱਕ ਭਾਸ਼ਾ ਬਾਰੇ ਜਾਣਕਾਰੀ ਹੋਏਗੀ ਜਿਹਦਾ ਉਹਨਾਂ ਨੇ ਅਨੁਵਾਦ ਕਰਨਾ ਆਪਣੀ ਭਾਸ਼ਾ ਦੇ ਵਿੱਚ। ਸੰਸਾਰ ਭਰ ਦੇ ਵਿੱਚ ਵਾਪਰ ਰਹੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਭਾਵ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਕਿਸੇ ਵੀ ਖੇਤਰ ਦੇ ਵਿੱਚ ਸੁਚੱਜੇ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਉਸ ਇਲਾਕੇ ਦੀ ਜਿਹੜੀ ਭਾਸ਼ਾ ਉਹਦੇ ਵਿੱਚ ਅਨੁਵਾਦ ਕਰਨਾ ਜ਼ਰੂਰੀ ਬਣ ਜਾਂਦਾ। ਜੇਕਰ ਇਹਨਾਂ ਖਬਰਾਂ ਨੂੰ ਸੁਣਨ ਵਾਲਿਆਂ ਦੀ ਆਪਣੀ ਭਾਸ਼ਾ ਵਿੱਚ ਅਨੁਵਾਦਿਤ ਕਰਕੇ ਪੇਸ਼ ਕੀਤਾ ਜਾਵੇ ਤਾਂ ਜਿਹੜਾ ਸਹੀ ਸੰਚਾਰ ਹੈ ਜਾਂ ਕਹਿ ਲਓ ਵੀ ਉਸ ਖਬਰ ਬਾਰੇ ਜਿਹੜੀ ਸਹੀ ਇਨਫੋਰਮੇਸ਼ਨ ਹੈ
ਉਹ ਉਹਨਾਂ ਲੋਕਾਂ ਤੱਕ ਪਹੁੰਚੇਗੀ। ਨੈਕਸਟ ਹੈ ਰਾਸ਼ਟਰਾਂ ਦੇ ਬਾਹਰੀ ਮਸਲਿਆਂ ਦੇ ਲਈ, ਕਿਸੇ ਵੀ ਦੇਸ਼ ਦੇ ਦੂਸਰੇ ਦੇਸ਼ ਦੇ ਪ੍ਰਤੀ ਵਿਵਹਾਰ ਅਤੇ ਜਿਹੜੇ ਰਾਜਨੀਤਿਕ ਵਿਚਾਰਧਾਰਾ ਉਹਨੂੰ ਪੇਸ਼ ਕਰਨ ਦੇ ਲਈ ਵੀ ਅਨੁਵਾਦ ਦੀ ਲੋੜ ਮਹਿਸੂਸ ਕੀਤੀ ਜਾ ਸਕਦੀ ਹੈ। ਦੇਸ਼ ਦੇ ਜਿਹੜੇ ਬਾਹਰੀ ਮਾਮਲਿਆਂ ਸੰਬੰਧੀ ਵਿਭਾਗ ਨੇ, ਕਿਹੜਾ, ਮਨਿਸਟਰੀ ਆਫ ਐਕਸਟਰਨਲ ਅਫੇਅਰਸ, ਇਹ ਦੂਸਰੇ ਦੇਸ਼ ਨੂੰ ਆਪਣੀਆਂ ਲੋੜਾਂ ਕਿ ਸਾਡੀਆਂ ਲੋੜਾਂ ਕੀ ਨੇ, ਮੰਗਾਂ ਕੀ ਨੇ, ਉਮੀਦਾਂ ਕੀ ਨੇ, ਉਹਨਾਂ ਨੂੰ ਜਾਣੂ ਕਰਵਾਉਣ ਦੇ ਲਈ ਸਿਰਫ ਅਨੁਵਾਦ ਦਾ ਸਹਾਰਾ ਲੈਂਦੇ ਨੇ। ਅਤੇ ਇਸ ਤੋਂ ਬਿਨਾਂ ਸੰਯੁਕਤ ਰਾਸ਼ਟਰ ਸੰਘ ਦੇ ਵਿੱਚ ਵੀ ਅਨੁਵਾਦ ਦੀਆਂ ਜਿਹੜੀ ਸਹੂਲਤਾਂ ਨੇ ਉਹ ਉਪਲਬਧ ਕਰਵਾਈਆਂ ਜਾਂਦੀਆਂ ਨੇ, ਕਿਉਂਕਿ ਜਦੋਂ ਇਹ ਵਰਲਡ ਲੈਵਲ ਦੀ ਜਿਹੜੀ ਕਾਨਫਰੰਸ ਹੁੰਦੀ ਹੈ ਤਾਂ ਇੱਥੇ ਜਿਹੜੇ ਬੁਲਾਰੇ ਹੁੰਦੇ ਨੇ, ਬੋਲਣ ਵਾਲੇ ਹੁੰਦੇ ਨੇ, ਉਹ ਵੱਖ ਵੱਖ ਕੰਟਰੀਜ਼ ਨੂੰ ਬਿਲੋਂਗ ਕਰਦੇ ਹੁੰਦੇ ਨੇ ਅਤੇ ਵੱਖ ਵੱਖ ਭਾਸ਼ਾਵਾਂ ਜਾਣਨ ਵਾਲੇ ਹੁੰਦੇ ਨੇ। ਇਸ ਕਰਕੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਦਾ ਤਾਂ ਜਿਹੜੇ ਟਰਾਂਸਲੇਟਰ ਹੁੰਦੇ ਨੇ ਉੱਥੇ ਦੱਸਦੇ ਨੇ ਕਿ ਇਹ ਵਿਅਕਤੀ ਨੇ ਅਸਲ ਦੇ ਵਿੱਚ ਕੀ ਕਿਹਾ। ਉਹਦੇ ਨਾਲ ਕੀ ਹੁੰਦਾ, ਹੁਣ ਜਿਹੜਾ ਟਰਾਂਸਲੇਟਰ ਉਹ ਕਿਹੜੀ ਭਾਸ਼ਾ ਯੂਜ਼ ਕਰੇਗਾ ਜਿਹੜੀ ਸਾਰੇ ਕੰਟਰੀਜ਼ ਦੇ ਲੋਕਾਂ ਨੂੰ ਆਉਂਦੀ ਹੋਏਗੀ, ਜਿਵੇਂ ਕਿ ਇੰਗਲਿਸ਼ ਦੀ ਅਸੀਂ ਵਰਤੋਂ ਕਰਦੇ ਹਾਂ ਐਜ਼ ਐਨ ਇੰਟਰਨੈਸ਼ਨਲ ਲੈਂਗੁਏਜ। ਅਤੇ ਹੁਣ ਫਿਰ ਜੇਕਰ ਉਹ ਵਿਅਕਤੀ ਨੇ ਆਪਣੀ ਭਾਸ਼ਾ ਦੇ ਵਿੱਚ ਬੋਲਿਆ, ਸਪੋਜ਼ ਕਰੋ ਆਪਾਂ ਗਏ ਹਾਂ ਤਾਂ ਅਸੀਂ ਪੰਜਾਬੀ ਦੇ ਵਿੱਚ ਬੋਲਿਆ ਤਾਂ ਪੰਜਾਬੀ ਉਹਨਾਂ ਲੋਕਾਂ ਨੂੰ ਨਹੀਂ ਆਉਂਦੀ ਹੋਏਗੀ। ਫਿਰ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਜਿਹੜੇ ਉਹਦੇ ਉਦੇਸ਼ ਕੀ ਨੇ ਜਾਂ ਉਹ ਵਿਅਕਤੀ ਕੀ ਕਹਿਣਾ ਚਾਹੁੰਦਾ ਹੈ, ਉਹਦੇ ਵਿਚਾਰ ਦੂਸਰਿਆਂ ਤੱਕ ਨਹੀਂ ਪਹੁੰਚਣਗੇ। ਇਸ ਪ੍ਰਕਾਰ ਅੰਤਰਰਾਸ਼ਟਰੀ ਪੱਧਰ 'ਤੇ ਵਿਦੇਸ਼ੀ ਮਾਮਲਿਆਂ ਨੂੰ ਸਮਝਣ ਦੇ ਲਈ ਅਤੇ ਨਜਿੱਠਣ ਦੇ ਲਈ ਵੀ ਜਿਹੜੀ ਅਨੁਵਾਦ ਹੈ ਉਹਦੀ ਲੋੜ ਅਤੇ ਮਹੱਤਤਾ ਹੈ। ਵਿਦੇਸ਼ੀ ਸਾਹਿਤ ਦੇ ਵਿਸ਼ਾਲ ਵਿਰਸੇ ਨੂੰ ਜਾਣਨ ਦੇ ਲਈ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਆਪਣਾ ਜਿਹੜਾ ਭਾਰਤ ਦਾ, ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਬਹੁਤ ਅਮੀਰ ਹੈ। ਹੁਣ ਉਸੇ ਤਰੀਕੇ ਨਾਲ ਹੀ, ਕਿਉਂਕਿ ਅਸੀਂ ਆਪਣੇ ਦੇਸ਼ ਬਾਰੇ ਸੁਣ ਲਿਆ, ਪੜ੍ਹ ਰਹੇ ਹਾਂ ਤਾਂ ਸਾਨੂੰ ਪਤਾ ਲੱਗ ਗਿਆ ਕਿ ਵਿਸ਼ਾਲ ਹੈ, ਅਮੀਰ ਹੈ, ਪਰ ਜਿਹੜੇ ਦੂਸਰੇ ਦੇਸ਼ ਨੇ ਉਹਨਾਂ ਦਾ ਵੀ ਇਸ ਤਰੀਕੇ ਦਾ ਹੀ ਹੈ। ਹੁਣ ਸਾਨੂੰ ਉਹਨਾਂ ਬਾਰੇ ਕਿਸ ਤਰ੍ਹਾਂ ਪਤਾ ਲੱਗੇਗਾ, ਜਦੋਂ ਅਸੀਂ ਉਹਨਾਂ ਦੀਆਂ ਪੜ੍ਹੀਆਂ ਲਿਖੀਆਂ ਹੋਈਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਅਨੁਵਾਦ ਕੀਤਾ ਹੋਇਆ ਸਾਨੂੰ ਮਿਲਣਗੀਆਂ ਅਤੇ ਅਸੀਂ ਉਹਨਾਂ ਨੂੰ ਪੜ੍ਹਾਂਗੇ। ਕਿਉਂਕਿ ਬਹੁਤ ਸਾਰੀਆਂ ਹੁਣ ਇੰਗਲਿਸ਼ ਦੇ ਇੰਨੇ ਜ਼ਿਆਦਾ ਪੋਇਟ ਹੋਏ ਨੇ ਤਾਂ ਉਹ ਕਿਵੇਂ ਅਸੀਂ ਉਹਨਾਂ ਬਾਰੇ ਜਾਣ ਸਕਦੇ ਹਾਂ, ਜੇਕਰ ਸਾਡੇ ਕੋਲ ਅਨੁਵਾਦਿਤ ਹੋ ਕੇ ਉਹਨਾਂ ਦੇ ਜਿਹੜੀਆਂ ਪੁਸਤਕਾਂ ਨੇ ਉਹ ਆਉਣਗੀਆਂ। ਫਿਰ ਨਾਵਲਕਾਰ ਹੋਏ ਨੇ ਜਿਵੇਂ ਕਿ ਆਪਣੇ ਨੇ, ਕਹਾਣੀਕਾਰ ਨੇ, ਫਿਲਮਾਂ ਬਣਦੀਆਂ ਉੱਧਰ, ਸਾਨੂੰ ਹੁਣ ਅਸੀਂ ਜੇ ਫਿਲਮ ਦੇਖੀ ਜਾਵਾਂਗੇ ਤਾਂ ਸਾਨੂੰ ਕੀ ਪਤਾ, ਸਿਰਫ ਦੇਖ ਸਕਦੇ ਹਾਂ ਵੀ ਕੀ ਵਾਪਰ ਰਿਹਾ, ਉਹਨਾਂ ਦੇ ਜਿਹੜੇ ਡਾਇਲੋਗਸ ਨੇ ਉਹ ਨਹੀਂ ਅਸੀਂ ਸੁਣ ਸਕਾਂਗੇ, ਸਮਝ ਨਹੀਂ ਸਕਾਂਗੇ, ਉਹਨਾਂ ਸਿਰਫ ਫੇਸ ਐਕਸਪ੍ਰੈਸ਼ਨ ਅਸੀਂ ਦੇਖ ਸਕਦੇ ਹਾਂ। ਸੰਸਾਰ ਦੇ ਵਿੱਚ ਜਿਹੜੀਆਂ ਵੱਖ ਵੱਖ ਭਾਸ਼ਾਵਾਂ ਨੇ ਉਹਨਾਂ 'ਚ ਵਿਦਵਾਨਾਂ ਦੁਆਰਾ ਬਹੁਤ ਸਾਰੀਆਂ ਜਿਹੜੀਆਂ ਸ਼ਾਹਕਾਰ ਰਚਨਾਵਾਂ ਨੇ ਉਹ ਰਚਿਤ ਕੀਤੀਆਂ ਗਈਆਂ ਨੇ ਅਤੇ ਇਹਨਾਂ ਰਚਨਾਵਾਂ ਨੂੰ ਕਿਸੇ ਇੱਕੋ ਕੌਮ ਜਾਂ ਦੇਸ਼ ਦੇ ਲੋਕਾਂ ਤੱਕ ਸੀਮਿਤ ਨਾ ਰੱਖ ਕੇ, ਮੀਨਜ਼ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਕਿਵੇਂ ਪਹੁੰਚਾ ਸਕਦੇ ਹਾਂ, ਉਹਨਾਂ ਨੂੰ ਅਨੁਵਾਦ ਕਰਕੇ ਸਾਰੇ ਸੰਸਾਰ ਦੇ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਹਾਂ। ਵਿਦੇਸ਼ੀ ਸਾਹਿਤ ਦੇ ਅਨੁਵਾਦਿਤ ਰੂਪਾਂ ਨੂੰ ਪੜ੍ਹਨ ਦੇ ਨਾਲ ਅਸੀਂ ਇੱਕ ਦੂਸਰੇ ਦਾ ਸੱਭਿਆਚਾਰ ਕਿਸ ਤਰ੍ਹਾਂ ਦਾ, ਰੀਤੀ ਰਿਵਾਜ ਕਿਹੋ ਜਿਹੇ ਨੇ, ਵਿਚਾਰਧਾਰਾ ਕੀ ਹੈ ਉਹਨਾਂ ਲੋਕਾਂ ਦੀ, ਉਹਨਾਂ ਬਾਰੇ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਹਾਂ। ਇਹਦੇ ਨਾਲ ਅਸੀਂ ਵਿਦੇਸ਼ੀ ਸਾਹਿਤ ਦੇ ਵਿਸ਼ਾਲ ਵਿਰਸੇ ਨੂੰ ਜਾਣਨ ਦੇ ਲਈ ਅਸੀਂ ਤਿਆਰ ਹੋ ਸਕਦੇ ਹਾਂ, ਜੇਕਰ ਸਾਡੇ ਕੋਲ ਅਨੁਵਾਦਿਤ ਪੁਸਤਕਾਂ ਅਵੇਲੇਬਲ ਹੋਣਗੀਆਂ। ਅੱਗੇ ਆਪਣੇ ਅਮੀਰ ਵਿਰਸੇ ਨੂੰ ਦੂਸਰੀਆਂ ਭਾਸ਼ਾਵਾਂ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ, ਕਿਸੇ ਵੀ ਭਾਸ਼ਾ ਦੀ ਜਿਹੜੀ ਵਿਸ਼ੇਸ਼ਤਾ ਹੈ ਉਹਦਾ ਸੱਭਿਆਚਾਰ, ਵਿਚਾਰਧਾਰਾ, ਰਹਿਣ ਸਹਿਣ, ਰੀਤੀ ਰਿਵਾਜ ਆਦਿ, ਉਹ ਸਾਰਾ ਕੀ ਹੁੰਦਾ, ਉਹਦੇ ਸਾਹਿਤ ਦੇ ਵਿੱਚ ਪੇਸ਼ ਕੀਤਾ ਗਿਆ ਹੁੰਦਾ। ਸਾਹਿਤ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ, ਮੀਨਜ਼ ਕਿ ਸਮਾਜ ਦਾ ਸ਼ੀਸ਼ਾ। ਸਾਹਿਤ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਸਾਡਾ ਸਮਾਜ ਹੈ ਉਹ ਪੁਰਾਣਾ ਸਮਾਜ ਕਿਸ ਤਰ੍ਹਾਂ ਦਾ ਸੀ ਅਤੇ ਹੁਣ ਕਿਸ ਤਰ੍ਹਾਂ ਦਾ ਹੈ। ਹਰੇਕ ਭਾਸ਼ਾ ਦੇ ਜਿਹੜੇ ਲੋਕ ਨੇ ਆਪਣੇ ਸੱਭਿਆਚਾਰ ਅਤੇ ਆਪਣੀ ਵਿਰਾਸਤ ਨੂੰ
ਵਿਸ਼ੇ ਪੱਧਰ 'ਤੇ ਪ੍ਰਚਾਰਿਤ ਕਰਨਾ ਚਾਹੁੰਦੇ ਨੇ ਅਤੇ ਉਹਦਾ ਪ੍ਰਸਾਰ ਕਰਨਾ ਚਾਹੁੰਦੇ ਨੇ ਜਿਹੜਾ ਕਿ ਸਿਰਫ ਅਨੁਵਾਦ ਦੇ ਰਾਹੀਂ ਪੋਸੀਬਲ ਹੋ ਸਕਦਾ ਹੈ। ਉਦਾਹਰਨ ਵਜੋਂ ਪੰਜਾਬੀ ਵਿੱਚ ਜਿਹੜੇ ਸਿੱਖ ਗੁਰੂਆਂ ਨੇ ਸ਼ਾਹਕਾਰ ਬਾਣੀ ਦੀ ਰਚਨਾ ਕੀਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਸਾਂ ਗੁਰੂਆਂ ਕਈ ਭਗਤਾਂ ਅਤੇ ਵਿਦਵਾਨਾਂ ਦੀਆਂ ਰਚਨਾਵਾਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਇਹਦੇ 'ਚ ਜਿਹੜੀ ਸਿੱਖ ਵਿਚਾਰਧਾਰਾ ਉਹਦੇ ਬਾਰੇ ਪਤਾ ਲੱਗਦਾ, ਪਰੰਤੂ ਉਹਨੂੰ ਕੇਵਲ ਪੰਜਾਬੀ ਭਾਸ਼ਾ ਦਾ ਜ਼ਿਕਰ ਅਸੀਂ ਇਹਦੇ ਵਿੱਚ ਹੀ ਅਨੁਵਾਦਿਤ ਰੱਖਾਂਗੇ, ਇਹਦੇ ਵਿੱਚ ਹੀ ਅਸੀਂ ਇਹਨੂੰ ਟ੍ਰਾਂਸਲੇਟ ਨਹੀਂ ਕਰਾਂਗੇ, ਤਾਂ ਸਿਰਫ ਇਹ ਪੰਜਾਬ ਜਾਂ ਜਿਹੜੇ ਹੋਰ ਥੋੜ੍ਹੇ ਬਹੁਤ ਲੋਕ ਪੰਜਾਬੀ ਜਾਣਦੇ ਨੇ ਉਹਨਾਂ ਤੱਕ ਹੀ ਸੀਮਿਤ ਰਹਿ ਜਾਣੀ ਸੀ। ਪਰ ਹੁਣ ਇਹਦਾ ਜਿਹੜਾ ਅਨੁਵਾਦ ਹੈ ਹਿੰਦੀ ਅੰਗਰੇਜ਼ੀ ਭਾਸ਼ਾਵਾਂ ਦੇ ਵਿੱਚ ਕੀਤਾ ਗਿਆ, ਜਿਹਦੇ ਨਾਲ ਸੰਸਾਰ ਭਰ ਦੇ ਵਿੱਚ ਸਿੱਖ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਜਾਂ ਜਿਹੜੀ ਗੁਰਬਾਣੀ ਲਿਖੀ ਗਈ ਹੈ ਉਹਦੇ ਬਾਰੇ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਸਕਦਾ, ਇਹਦਾ ਪ੍ਰਸਾਰ ਕੀਤਾ ਜਾ ਸਕਦਾ। ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਪੜ੍ਹ ਵੀ ਰਹੇ ਨੇ, ਅਨੁਵਾਦ ਦੇ ਰਾਹੀਂ ਅਸੀਂ ਆਪਣੇ ਧਰਮ ਦੇ ਫਲਸਫੇ ਦਾ ਦੂਸਰੇ ਮੁਲਕਾਂ ਦੇ ਸਾਹਮਣੇ ਵਰਣਨ ਕਰ ਸਕਦੇ ਹਾਂ ਕਿ ਇੱਥੋਂ ਦੇ ਜਿਹੜੇ ਧਰਮ ਨੇ ਉਹਨਾਂ ਦੇ ਵਿੱਚ ਕੀ ਹੈ, ਕਿਉਂਕਿ ਹਰੇਕ ਦੇਸ਼ ਦਾ ਆਪਣਾ ਆਪਣਾ ਧਰਮ ਵੀ ਹੈ। ਇਸ ਪ੍ਰਕਾਰ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਵਿਰਸੇ ਨੂੰ ਫੈਲਾਉਣ ਦੇ ਲਈ ਅਤੇ ਇਹਦਾ ਸੰਸਾਰ ਪੱਧਰ 'ਤੇ ਵਿਸਥਾਰ ਕਰਨ ਦੇ ਲਈ, ਇਹਦਾ ਪ੍ਰਸਾਰ ਕਰਨ ਦੇ ਲਈ ਅਨੁਵਾਦ ਜ਼ਰੂਰੀ ਹੈ। ਡੀਅਰ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਇੰਨਾ ਹੀ। ਥੈਂਕਸ ਫੋਰ ਵਾਚਿੰਗ।